ਸਾਡੀ ਟੀਮ ਸਾਰੀ ਮੰਡੀ ਦਾ ਦੌਰਾ ਕਰਨ ਆਏ ਸੀਗੇ ਕਿਉਂਕਿ ਕੱਲ੍ਹ ਤੋਂ ਜਿਹੜੀਆਂ ਹੈਗੀਆਂ ਨੇ ਫਸਲਾਂ ਸਟਾਰਟ ਹੋ ਰਹੀਆਂ ਨੇ ਇੱਥੇ ਪ੍ਰਬੰਧ ਦੇਖਣ ਆਏ ਹਾਂ ਕਿਉਂਕਿ ਪਿਛਲੀ ਵਾਰ ਜਿਹੜੇ ਲੋਕਾਂ ਨੂੰ ਦਿੱਕਤਾਂ ਆਈਆਂ ਸੀਗੀਆਂ ਚਾਹੇ ਉਹ ਪੀਣ ਵਾਲੇ ਪਾਣੀ ਦੀਆਂ ਸੀਗੀਆਂ ਚਾਹੇ ਟੋਇਲੈਟਸ ਨੂੰ ਲੈ ਕੇ ਸੀਗੀਆਂ ਚਾਹੇ ਉਹ ਬਾਰਿਸ਼ ਦੇ ਲਈ ਸੀਗੀਆਂ ਸੋ ਸਾਰੀਆਂ ਦੇ ਲਈ ਜਿਹੜਾ ਹੈਗਾ ਉਹ ਜਾਇਜ਼ਾ ਲਿੱਤਾ ਗਿਆ ਅੱਜ ਅਤੇ ਸਫਾਈ ਦੇ ਵੀ ਜਿਹੜੇ ਹੈਗੇ ਆ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਸਫਾਈ ਕਰਵਾਉਣ ਲਈ ਵੀ ਕਿਹਾ ਗਿਆ ਐਂਡ ਜਿਹੜੀ ਆਪਣਾ ਬਾਰਦਾਨਾ ਹੁੰਦਾ ਉਹ ਪਿਛਲੀ ਵਾਰ ਪ੍ਰੋਬਲਮ ਆਈ ਸੀਗੀ ਲੇਕਿਨ ਆਲਰੇਡੀ ਹੁਣ ਜਿਹੜਾ ਹੈਗਾ ਸਟੋਕ ਦੇ ਵਿੱਚ ਆ ਉਹਦੀ ਵੀ ਕੋਈ ਦਿੱਕਤ ਨਹੀਂ ਆਏਗੀ ਐਂਡ ਫਰੀਦੋ ਬਾਗ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਕੱਲ੍ਹ ਤੋਂ ਜਿਹੜੀ ਹੈਗੀ ਆ ਮੰਡੀ ਸਟਾਰਟ ਹੋ ਰਹੀ ਹੈ ਐਮਐਲਏ ਸਾਹਿਬ ਜਿਵੇਂ ਕੱਲ੍ਹ ਤੋਂ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਲੇਕਿਨ ਸਫਾਈ ਦੇ ਕੋਈ ਇੰਤਜ਼ਾਮ ਨਜ਼ਰ ਨਹੀਂ ਆ ਰਹੇ ਸਰ ਸਫਾਈ ਜਿਸ ਤਰ੍ਹਾਂ ਮੈਂ ਅਫਸਰ ਸਾਹਿਬ ਉਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਸਫਾਈ ਕਰਵਾਈ ਸੀ ਲੇਕਿਨ ਇੱਥੇ ਆ ਕੇ ਲੋਕ ਬੈਠਦੇ ਆ ਧਰਨੇ ਵਗੈਰਾ ਵੀ ਇੱਥੇ ਲਗਾਉਂਦੇ ਆ ਸੋ ਇਸ ਕਰਕੇ ਦੁਬਾਰਾ ਹੁਣ ਫਿਰ ਕਿਹਾ ਕਿ ਦੁਬਾਰਾ ਸਫਾਈ ਕਰਵਾਉਣਗੇ ਅੱਜ ਹੀ ਕਰਵਾਉਣਗੇ ਬਟ ਦੇਖਣ ਤੋਂ ਲੱਗ ਰਿਹਾ ਕਾਫੀ ਸਮੇਂ ਤੋਂ ਸਫਾਈ ਨਹੀਂ ਹੋਈ ਜੀ ਜਿਸ ਤਰ੍ਹਾਂ ਗੰਦਗੀ ਫੈਲੀ ਹੋਈ ਹੈ ਦੇਖਣ ਨੂੰ ਤਾਂ ਮੈਨੂੰ ਵੀ ਇਹੀ ਲੱਗ ਰਿਹਾ ਸਰ ਕਿ ਸਫਾਈ ਹੋਈ ਨਹੀਂ ਗਈ ਇੱਥੇ ਬਟ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਕਹਿੰਦੇ ਕਿ ਸਫਾਈ ਕਰਵਾਈ ਸੀਗੀ ਬਟ ਅੱਜ ਫਿਰ ਕਰਵਾਉਣਗੇ ਇੱਕ ਵਾਰ ਹਿਦਾਇਤ ਦੇ ਦਿੱਤੀ ਐਮਐਲਏ ਸਾਹਿਬ ਜਿਸ ਤਰ੍ਹਾਂ ਕੱਲ੍ਹ ਤੋਂ ਸਰਕਾਰੀ ਖਰੀਦ ਸ਼ੁਰੂ ਹੈ ਕੀ ਸਰਕਾਰ ਨੇ ਸਰਕਾਰੀ ਖਰੀਦ ਦੀ ਪਾਲਿਸੀ ਜਿਹੜੀ ਹੈ ਜਾਰੀ ਕਰਤੀ ਹੈ ਹਾਂਜੀ ਉਹ ਦੋ ਦਿਨ ਪਹਿਲਾਂ ਕਰਤੀ ਸੀਗੀ ਉਹ ਆ ਗਈ ਆਫਿਸ ਦੇ ਕਿਉਂਕਿ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਦਾ ਕਹਿਣਾ ਕਿ ਹਜੇ ਪਾਲਿਸੀ ਜਾਰੀ ਨਹੀਂ ਕੀਤੀ ਅੱਜ ਸ਼ਾਮ ਤੱਕ ਹੋ ਸਕਦੀ ਹੈ ਕੀ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਸਰ ਇਹ ਤਾਂ ਇਹਦਾ ਆਨਸਰ ਤਾਂ ਉਹੀ ਦੇਣਗੇ ਉਹਨਾਂ ਨੂੰ ਪਤਾ ਹੋਏਗਾ ਜਦੋਂ ਫਸਲ ਸ਼ੁਰੂ ਹੁੰਦੀ ਹੈ ਅਨਾਜ ਆਉਂਦਾ ਮੰਡੀ ਵਿੱਚ ਉਦੋਂ ਪ੍ਰਵਾਸੀ ਲੇਬਰ ਬਹੁਤ ਖਾਸ ਤੌਰ ਲੇਡੀਜ਼ ਮਹਿਲਾਵਾਂ ਬਹੁਤ ਹੁੰਦੀਆਂ ਜਿਵੇਂ ਝੋਨੇ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਆ ਉਸ ਕਾਰਨ ਕਰਕੇ ਮੰਡੀਆਂ ਦੇ ਵਿੱਚ ਜਿਹੜੀ ਬਾਥਰੂਮ ਲੈਟਰ ਦੀ ਬਹੁਤ ਦਿੱਕਤ ਹੁੰਦੀ ਲੇਡੀਜ਼ ਨੂੰ ਖਾਸ ਤੌਰ 'ਤੇ ਬਿਲਕੁਲ ਸਰ ਮੈਂ ਹੁਣ ਵੀ ਇਹੀ ਗੱਲ ਕਰ ਰਹੀ ਸੀਗੀ ਸਾਡੇ ਸਾਰੇ ਮੰਡੀ ਬੋਰਡ ਦੇ ਅਫਸਰ ਸਾਹਿਬ ਉਹਨਾਂ ਨਾਲ ਕਿ ਜਿਹੜੀ ਪਹਿਲਾਂ ਹੀ ਦਿੱਕਤ ਆਉਂਦੀ ਸੀਗੀ ਉਹ ਦਿੱਕਤ ਨਹੀਂ ਆਉਣੀ ਚਾਹੀਦੀ ਕਿਉਂਕਿ ਪਿਛਲੀ ਵਾਰ ਮੈਂ ਖੁਦ ਵਿਜ਼ਿਟ ਕੀਤਾ ਸੀਗਾ ਜਦੋਂ ਝੋਨੇ ਦੀ ਖੇਤੀ ਆਈ ਸੀਗੀ ਕਿ ਪਿਛਲੀ ਵਾਰ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਇਸ ਵਾਰ ਉੱਦਾਂ ਦਾ ਨਹੀਂ ਹੋਣਾ ਚਾਹੀਦਾ ਹੈਗਾ ਇਹਨਾਂ ਦੇ ਅਫਸਰ ਸਾਹਿਬਾਨਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੇ ਹੈਗੇ ਆ ਟੋਇਲੈਟਸ ਵਗੈਰਾ ਦਾ ਜਿਹੜਾ ਪੁਖਤਾ ਇੰਤਜ਼ਾਮ ਕੀਤਾ ਗਿਆ ਫੀਮੇਲਸ ਲਈ ਵੀ ਮੇਲਸ ਦੇ ਲਈ ਵੀ ਐਂਡ ਵਾਸ਼ਰੂਮਸ ਦਾ ਵੀ ਇੰਤਜ਼ਾਮ ਕੀਤਾ ਗਿਆ ਕਿਉਂਕਿ ਜਿਹੜੀ ਲੇਬਰ ਇੱਥੇ ਰਹੇਗੀ ਉਹਨਾਂ ਦੇ ਲਈ ਐਂਡ ਜਿਹੜੇ ਸਾਫ਼ ਸੁਥਰਾ ਪੀਣ ਵਾਲੇ ਪਾਣੀ ਦੇ ਲਈ ਵੀ ਖਾਸ ਇੰਤਜ਼ਾਮ ਕੀਤੇ ਗਏ ਆ ਇਸ ਵਾਰ ਇੱਦਾਂ ਦੀ ਕੋਈ ਦਿੱਕਤ ਦੇਖਣ ਨੂੰ ਨਹੀਂ ਆਏਗੀ